ਮਹਿੰਦਰ ਸਿੰਘ ਜੋਸ਼ੀ ਦੀ ਕਹਾਣੀ ਕਾਨੂੰਨ ਅਸਲ ਤੇ ਨਕਲ ਕਿਸੇ ਮਜ਼ਮੂਨ ਦੀ ਪੜ੍ਹਾਈ ਕੱਚੀ ਪਹਿਲੀ ਤੋਂ ਸ਼ੁਰੂ ਹੁੰਦੀ ਹੈ ਕਿਸੇ ਦੀ 5ਵੀਂ ਤੋਂ ਕਿਸੇ ਦੀ 11ਵੀਂ ਤੋਂ ਪਰ ਕਾਨੂੰਨ ਦੀ ਕਲਾਸ 'ਚ ਦਾਖਲ ਹੋਣ ਲਈ ਗ੍ਰੈਜੂਏਟ ਹੋਣਾ ਜ਼ਰੂਰੀ ਹੈ ਫਿਰ ਵੀ ਭਾਵੇਂ ਤੁਸੀਂ ਨਿਪਟ ਨਿਰੱਖਰ ਹੋਵੋ ਕਦੇ ਸਕੂਲ ਦੇ ਰਾਹ ਨਹੀਂ ਪਏ ਕਿ ਐਸੇ ਹੋ ਕੀਤਾ ਜਾਂਦਾ ਹੈ ਕਿ ਤੁਸੀਂ ਕਾਨੂੰਨ ਤੋਂ ਵਾਕਿਫ ਹੋ ਉਹਦੀ ਕੋਈ ਉਲੰਘਣਾ ਕੀਤੀ ਨਹੀਂ ਤੇ ਤੁਹਾਨੂੰ ਹੱਤਕੜੀ ਲੱਗੀ ਨਹੀਂ ਹੈ ਨਾ ਧੱਕਾ ਪਰ ਸਖਤੀਆਂ ਅੱਗੇ ਕੋਈ ਜ਼ੋਰ ਥੋੜਾ ਚੱਲਦਾ ਹੈ ਫਿਰ ਕਾਨੂੰਨ ਕਿਸੇ ਕਿਰਤੀ ਦੀ ਹਥੇਲੀ ਨਹੀਂ ਜਿਹਦੇ 'ਚ ਤਿੰਨ ਹੀ ਲੀਕਾਂ ਹੋਣ ਉਹ ਤਾਂ ਇਸ ਤਰ੍ਹਾਂ ਦੀ ਆਕਾਸ਼ ਗੰਗਾ ਹੈ ਤੇ ਉਸ ਆਕਾਸ਼ ਗੰਗਾ 'ਚ ਲੱਖਾਂ ਹੀ ਤਾਰੇ ਹੈ ਉਹਨਾਂ ਨਾਲ ਜਾਣ ਪਛਾਣ ਕਿਵੇਂ ਪੈਦਾ ਕਰਨੀ ਹੈ ਇਹ ਤੁਸੀਂ ਜਾਣੋ ਤੁਹਾਨੂੰ ਕਾਨੂੰਨਦਾਨ ਬਣਾਉਣਾ ਕਾਨੂੰਨ ਦੀ ਜ਼ਿੰਮੇਵਾਰੀ ਨਹੀਂ ਅਧੂਰੀ ਵਾਕਫੀ ਲਾਅ ਕਾਲਜ ਤੋਂ ਬਿਨਾ ਇੱਕੋ ਜਗ੍ਹਾ ਕਾਨੂੰਨ ਪੜਾਇਆ ਜਾਂਦਾ ਹੈ ਸਿਨੇਮਾ ਹਾਲਾਂ 'ਚ ਫਿਲਮਾਂ ਰਾਹੀਂ ਵਿਸ਼ੇਸ਼ ਕਰਕੇ ਜ਼ਾਬਤਾ ਮੁਕਦਮਿਆਂ ਦੀ ਸੁਣਵਾਈ ਕਿਵੇਂ ਹੁੰਦੀ ਹੈ ਇੱਕ ਤਰ੍ਹਾਂ ਦੀ ਪ੍ਰੈਕਟੀਕਲ ਕਲਾਸ ਮੈਂ ਤਾਂ ਜਿੰਨੀ ਵਾਰ ਇਸ ਕਲਾਸ 'ਚ ਗਿਆ ਚੱਕਰਤ ਹੋ ਕੇ ਮੁੜਿਆ ਕਿਉਂਕਿ ਅਪਰਾਧ ਆਪਣੇ ਆਪ 'ਚ ਬੜੀ ਸੁਆਦੀ ਚੀਜ਼ ਸਮਝੀ ਜਾਂਦੀ ਹੈ ਫਿਲਮਸਾਜ਼ ਇਸ ਪਿਪਲਾ ਮੂਲ ਨੂੰ ਹਰ ਮਸਾਲੇ 'ਚ ਪਾ ਲੈਂਦੇ ਆ ਤੁਸੀਂ ਵੀ ਇਸ ਮਾਧਿਅਮ ਤੋਂ ਕਾਫੀ ਕੁਝ ਸਿੱਖ ਬੈਠੇ ਹੋਗੇ ਆਪਾਂ ਆਪਣਾ ਗਿਆਨ ਸਾਂਝਾ ਕਰ ਲਈਏ ਮੇਰੇ ਖਿਆਲ ਮੇਰਾ ਖਿਆਲ ਨਹੀਂ ਤੁਸੀਂ ਹਿੰਦੀ ਫਿਲਮ ਦੀ ਕਿਸੇ ਝਾਕੀ ਵਿੱਚ 13 ਜਾਂ 7 ਜਾਂ 3 ਜੱਜ ਵੀ ਇਕੱਠੇ ਬੈਠੇ ਦੇਖੇ ਹੁਣ ਜਿਹਦਾ ਮਤਲਬ ਤੁਹਾਨੂੰ ਅੱਜ ਤੱਕ ਸਾਡੀ ਸਭ ਤੋਂ ਵੱਡੀ ਕਚਹਿਰੀ ਸੁਪਰੀਮ ਕੋਰਟ ਦੀ ਕੋਈ ਝਲਕ नसीब ਨਹੀਂ ਹੋਈ ਸੁਪਰੀਮ ਕੋਰਟ ਕੀ ਤੁਸੀਂ ਹਾਈ ਕੋਰਟ ਵੀ ਕਦੇ ਨਹੀਂ ਵੇਖੀ ਕੋਈ ਲੇਬਰ ਕੋਰਟ ਇੰਡਸਟਰੀਅਲ ਕੋਰਟ ਵੀ ਨਹੀਂ ਜਿੰਨਾ ਕੋ ਜਲਵਾ ਤੁਹਾਨੂੰ ਅੱਜ ਤੱਕ ਲੱਭਿਆ ਉਹ ਸਭ ਸੈਸ਼ਨ ਕੋਰਟ ਦਾ ਸੀ ਜਾਂ ਫਿਰ ਕਦੇ-ਕਦਾਈਂ ਉਸੇ ਕੋਰਟ ਦੇ ਦੀਵਾਨੀ ਪੱਗ ਡਿਸਟ੍ਰਿਕਟ ਕੋਰਟ ਦਾ ਸੋ ਮਾਫ ਕਰਨਾ ਅਦਾਲਤੀ ਢਾਂਚੇ ਬਾਰੇ ਤੁਹਾਡੀ ਵਾਕਫੀ ਇੱਕਦਮ ਮਧੂਰੀ ਹੈ ਤੁਸੀਂ ਦੇਖਿਆ ਜਦ ਵਕੀਲ ਕਿਸੇ ਮੁਕਦਮੇ ਦੀ ਪੈਰਵੀ ਲਈ ਉੱਠਦੇ ਹੈ ਤਾਂ ਜਪਦਾ ਜਵੇਂ ਪਰਸਰਾਮ ਦਾ ਤਨੁਸ਼ ਤੋੜਨ ਚੱਲੇ ਹੋਣ ਗੱਜਣ ਵੱਜਣ ਦੇ ਨਾਲ ਉਹਨਾਂ ਦਾ ਟੈਲਣਾ ਵੀ ਜ਼ਰੂਰੀ ਹੁੰਦਾ ਲਟਕਦੇ ਮਟਕ ਦੇ ਕਦੇ ਜੱਜ ਦੇ ਸੱਜੇ ਜਾ ਪਹੁੰਚੇ ਕਦੇ ਖੱਬੇ ਪਰ ਕਚਹਿਰੀਆਂ ਦੇ ਕਮਰਿਆਂ 'ਚ ਇੰਜ ਮਟਰ ਗਸ਼ਤ ਲਈ ਸੁਰੱਖਿਤ ਕੋਈ ਵਹਿਲੀ ਥਾਂ ਨਹੀਂ ਹੁੰਦੀ ਵਕੀਲਾਂ ਨੂੰ ਮੇਜ਼ਾਂ ਪਿੱਛੇ ਬੈਠਣ ਖੜੋਂਣ ਤੇ ਸੰਤੋਖ ਕਰਨਾ ਹੁੰਦਾ ਹੈ ਇਸ ਤੋਂ ਇਲਾਵਾ ਬੈਸ ਮਿਸਲ ਦੇ ਆਧਾਰ ਤੇ ਕਰੀਦੀ ਹੈ ਗਵਾਹਾਂ ਦੇ ਬਿਆਨ ਪੜੀਦੇ ਹੈ ਪੇਸ਼ ਹੋਈਆਂ ਦਸਤਾਵੇਜ਼ਾਂ ਵੱਡੀਆਂ ਅਦਾਲਤਾਂ ਦੇ ਪੱਥ ਪ੍ਰਦਰਸ਼ੀ ਫੈਸਲੇ ਇਹ ਸਾਰਾ ਕਾਗਜ਼ ਪੱਛਰ ਵਕੀਲ ਨਾਲ ਨਾਲ ਲੈ ਕੇ ਨਹੀਂ ਤੁਰ ਸਕਦਾ ਬੈਸ ਖੜੋ ਕੇ ਕਰਨੀ ਪੈਂਦੀ ਹੈ ਮੁੱਦਿਆਂ ਦਾ ਸਥਾਨ ਜੱਜ ਦੇ ਖੱਬੇ ਵੱਨੇ ਹੁੰਦਾ ਹੈ ਵਿਰੋਧੀ ਧਿਰ ਦਾ ਸੱਜੇ ਸਪਸ਼ਟੀਕਰਨ ਤੁਸੀਂ ਫਿਲਮਾਂ 'ਚ ਦੇਖਦੇ ਹੋ ਵਕੀਲ ਗਵਾਹ ਤੇ ਕੋਈ ਕਰਾਰਾ ਜਿਹਾ ਸਵਾਲ ਪੁੱਛਦਾ ਹੈ ਤੇ ਉਹਦਾ ਜਵਾਬ ਮਿਲਦੇ ਸਾਰ ਜੱਜ ਨੂੰ ਸੰਬੋਧਨ ਕਰਕੇ ਉਹਦੀ ਆਲੋਚਨਾ ਆਰੰਭ ਦਿੰਦਾ ਹੈ ਫਿਰ ਅਗਲਾ ਸਵਾਲ ਤੇ ਉਹਦੇ ਜਵਾਬ ਤੋਂ ਪੈਦਾ ਹੋਈ ਹੋਰ ਬਹਿਸ ਯਥਾਰਥ ਵਿੱਚ ਅਜਿਹਾ ਨਹੀਂ ਹੁੰਦਾ ਬਹਿਸ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਦੋਵੇਂ ਧਿਰਾਂ ਆਪਣੀ ਆਪਣੀ ਸ਼ਹਾਦਤ ਮੁਕਾ ਬੈਠਦੀਆਂ ਬਿਆਨਾਂ ਦੇ ਨਾਲ ਨਾਲ ক্রিকেট ਦੀ ਖੇਡ ਵਾਂਗ ਰਨਿੰਗ ਕਮੈਂਟਰੀ ਨਹੀਂ ਚੱਲਦੀ ਕੁਝ ਹੀ ਦਿਨ ਹੋਏ ਮੈਂ ਇੱਕ ਪਿਕਚਰ ਦੇਖੀ ਉਸ ਚ ਦੋਸ਼ੀ ਦਾ ਬਿਆਨ ਪਹਿਲਾਂ ਹੋਇਆ ਫਰਿਆਦੀ ਦਾ ਪਿੱਛੋਂ ਇਹ ਘੋੜਾ ਘੋੜੇ ਅੱਗੇ ਤੰਗਾ ਜੋੜਨ ਵਾਲੀ ਗੱਲ ਬਣ ਗਈ। ਕਾਨੂੰਨ ਅਨੁਸਾਰ ਦੋਸ਼ੀ ਦਾ ਬਿਆਨ ਪੁਲਿਸ ਦੇ ਸਾਰੇ ਗਵਾਹਾਂ ਤੋਂ ਬਾਅਦ ਚਲਿਆ ਜਾਂਦਾ ਹੈ। ਉਹ ਵੀ ਜੇਰਾ ਕਰਕੇ ਉਹਦੇ ਬਖੀਏ ਦੇੜਨ ਲਈ ਨਹੀਂ ਸਗੋਂ ਉਹਦੇ ਵਿਰੁੱਧ ਪੇਸ਼ ਹੋਈ ਸ਼ਹਾਦਤ ਦਾ ਸਪਸ਼ਟੀਕਰਨ ਦੇਣ ਖਾਤਰ। ਦੋਸ਼ੀ ਨੂੰ ਕਿਸੇ ਸਵਾਲ ਦਾ ਜਵਾਬ ਦੇਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ। ਸਰਕਾਰੀ ਧਿਰ ਨੇ ਆਪਣੇ ਪੈਰਾਂ ਤੇ ਖੜਾਉਣਾ ਹੁੰਦਾ। ਉਹ ਅਪਰਾਧੀ ਦਾ ਮੋਢਾ ਫੜ ਕੇ ਆਪਣੀ ਮੰਜ਼ਿਲ ਤੈਅ ਨਹੀਂ ਕਰ ਸਕਦੀ। ਤੁਸੀਂ ਦੇਖਦੇ ਹੋ ਅਦਾਲਤ ਦੇ ਮੇਜ਼ ਤੇ ਇੱਕ ਚੰਗਾ ਕਦਾਵਰ ਬਦਾਨ ਰੱਖਿਆ ਹੁੰਦਾ ਹੈ ਲੱਕੜ ਦਾ ਬਣਿਆ ਜੱਜ ਦਰਸ਼ਕਾਂ ਨੂੰ ਚੁੱਪ ਕਰਾਉਣ ਲਈ ਆਰਡਰ ਆਰਡਰ ਦੀ ਮੁਹਾਰਨੀ ਪੜਦਾ ਹੈ ਉਹਨੂੰ ਅਕਸਰ ਵਰਤਦਾ ਰਹਿੰਦਾ ਹੈ ਹਕੀਕਤ ਵਿੱਚ ਅਦਾਲਤਾਂ ਨੂੰ ਆਪਣਾ ਆਦਰ ਸਨਮਾਨ ਬਣਾਈ ਰੱਖਣ ਲਈ ਕਾਫੀ ਖੁੱਲੇ ਅਧਿਕਾਰ ਮਿਲੇ ਹੈ ਜਿਹੇ ਸਖਤਰਾ ਮੰਤਰੀਆਂ ਨੂੰ ਸੁਲਬ ਨਹੀਂ ਇੱਕ ਵਾਰ ਕਿਸੇ ਨੇ ਮੂੰਗਫਲੀ ਦਾ ਦਾਣਾ ਭੰਨ ਕੇ ਮੂੰਹ ਚ ਪਾ ਲਿਆ ਇੱਕ ਹੋਰ ਸਮੇ ਕੋਈ ਨਵੇਂ ਬੂਟ ਚਰਚ ਚਰੋਂ ਦਾ ਬਾਰ ਬਰਾਂਡੇ ਚੋਂ ਲੰਘਿਆ ਤਾਂ ਇਸ ਸ਼ੋਰ ਰਾਈ ਕੀਤੀ ਬੇਅਦਬੀ ਲਈ ਸਜ਼ਾ ਦੇ ਭਾਗੀ ਬਣ ਗਏ ਉੱਥੇ ਅੰਦਰ ਤਾਂ ਚੁੱਪ ਚੁਪੀ ਤੇ ਅਖਬਾਰ ਪੜਨ ਦੀ ਵੀ ਇਜਾਜ਼ਤ ਨਹੀਂ ਸੋ ਕੋਰਟ ਰੂਮ ਵਿੱਚ ਨਾ ਪਿਕਚਰਾਂ ਜੇ ਠਾਕੇ ਵਜਦੇ ਆ ਨਾ ਉਹਨਾਂ ਨੂੰ ਸ਼ਾਂਤ ਕਰਨ ਲਈ ਮੇਜ਼ ਕੁੱਟਣ ਦੀ ਲੋੜ ਪੈਂਦੀ ਹੈ ਮੈਂ ਪਿਛਲੇ 38 ਸਾਲਾਂ ਚ ਮੈਜਿਸਟ੍ਰੇਟ ਤੋਂ ਲੈ ਕੇ ਸੁਪਰੀਮ ਕੋਰਟ ਦੇ ਕਮਰੇ ਤੱਕ ਕਿਤੇ ਅਮਨ ਚੈਨ ਬਹਾਲ ਕਰਨ ਦਾ ਉਕਤ ਔਜ਼ਾਰ ਹਥੌੜਾ ਨਹੀਂ ਦੇਖਿਆ ਸ਼ੋਸ਼ੇ ਤੇ ਚਰਚਾ ਇਹ ਕਈ ਵਾਰ ਹੋਇਆ ਅਦਾਲਤ ਕੋਈ ਗਲਤ ਹੁਕਮ ਸੁਣਾ ਕੇ ਅਨਿਆਂ ਕਰ ਬੈਠੀ ਉਸੇ ਛਿਣ ਕੋਈ ਸਰਪੜ ਕੋੜਾ ਦੜਾਉਂਦਾ ਜਾਂ ਨੰਗੇ ਛਾਲਿਆਂ ਨਾਲ ਭਰੇ ਪੈਰ ਤਰੀਕਦਾ ਆਇਆ ਉਹਨੇ ਕੋਈ ਨਵੀਂ ਸੰਸਰਨੀਖੇਜ ਕਹਾਣੀ ਸੁਣਾਈ ਅਦਾਲਤ ਨੇ ਫਟਾਫਟ ਆਪਣਾ ਫੈਸਲਾ ਉਲਟਾ ਦਿੱਤਾ ਇਹ ਵੀ ਹੋਇਆ ਕਿ ਮੁਕਦਮਾ ਕਿਸੇ ਹੋਰ ਤੇ ਚੱਲਦਾ ਰਿਹਾ ਅੰਤ 'ਚ ਦੰਡ ਦਾ ਕੋੜਾ ਕਿਸੇ ਹੋਰ ਤੇ ਚੜ ਗਿਆ ਇਹਨੂੰ ਚੰਗਾ ਕਹੋ ਜਾਂ ਬੁਰਾ ਇਸ ਪ੍ਰਕਾਰ ਦੇ ਅਧਿਕਾਰ ਜੱਜਾਂ ਨੂੰ ਪ੍ਰਾਪਤ ਨਹੀਂ ਕੋਈ ਸੈਸ਼ਨ ਜੱਜ ਆਪਣੇ ਦਿੱਤੇ ਅੰਤਮ ਨਿਰਣੇ ਨੂੰ ਇਸ ਤਰ੍ਹਾਂ ਰੱਦ ਨਹੀਂ ਕਰ ਸਕਦਾ ਅਦਾਲਤਾਂ 'ਚ ਕਈ ਬਰੀਕ ਕਾਨੂੰਨੀ ਸ਼ੋਸ਼ੇ ਉੱਠਦੇ ਹਨ ਉਹਨਾਂ 'ਤੇ ਵਿਸਥਾਰ ਨਾਲ ਬਹਿਸ ਹੁੰਦੀ ਹੈ ਕਿੰਨੇ-ਕਿੰਨੇ ਪਹਿਲੇ ਫੈਸਲਿਆਂ ਦੇ ਹਵਾਲੇ ਦਿੱਤੇ ਜਾਂਦੇ ਹਨ ਸ਼ਬਦਾਂ ਮੁਹਾਵਰਿਆਂ ਦੇ ਨਹੀਂ ਕੌਮਿਆਂ ਫੁੱਲ ਸਟਾਪਾਂ ਦੇ ਅਰਥ ਕੋਖੀਦੇ ਹਨ ਪਰ ਇਸ ਕੁਝ ਫਿਲਮਾਂ 'ਚ ਨਹੀਂ ਖੱਪ ਸਕਦਾ ਇਸ ਲਈ ਕਾਨੂੰਨ ਦੀ ਚਰਚਾ ਕਿਸੇ ਵੀ ਕੋਲਿੱਤਰੇ ਸਵਾਲ ਸੰਬੰਧੀ ਅਬਜੈਕਸ਼ਨ ਡਿਸ ਅਲਾਉਡ ਜਾਂ ਅਬਜੈਕਸ਼ਨ ਸਸਟੇਨਡ ਆਖਣ ਤੇ ਹੀ ਸੀਮਤ ਰਹਿ ਜਾਂਦੀ ਹੈ। ਜ਼ਿਆਦਤੀ ਵਿਲਕੀ ਕੋਲਿੰਸ ਨੇ ਇੱਕ ਨਾਵਲ ਲਿਖਿਆ ਇੱਕ ਸਫੈਦ ਪੋਸ਼ ਔਰਤ ਉਹ ਆਬੈਰਿਸਟਰ ਸੀ ਪਰ ਅਦਾਲਤਾਂ 'ਚ ਪ੍ਰੈਕਟਿਸ ਨਾ ਕਰਨ ਕਰਕੇ ਉਹਨੂੰ ਚਾਲੂ ਜ਼ਾਬਤੇ ਬਾਰੇ ਪੂਰਨ ਤਸੱਲੀ ਨਹੀਂ ਸੀ। ਇਸ ਲਈ ਮਤਾਂ ਕੋਈ ਗਲਤੀ ਹੋ ਜਾਏ ਉਹਨੇ ਪ੍ਰੂਫ ਵਿੱਚ ਆਪਣੇ ਪੇਸ਼ੇ 'ਚ ਪੂਰੀ ਤਰ੍ਹਾਂ ਖਚਿਤ ਐਡਵੋਕੇਟ ਤੋਂ ਪੜਵਾਇਆ। ਸਮਝ ਨਹੀਂ ਆਉਂਦੀ ਸਾਡੇ ਫਿਲਮ ਨਿਰਮਾਤਾ ਕਰੋੜਾਂ ਰੁਪਏਾਂ ਦੇ ਬਜਟਾਂ ਦੇ ਬਾਵਜੂਦ ਅਦਾਲਤੀ ਕਾਰਵਾਈਆਂ ਨੂੰ ਇਸ ਵਾਈਅਰਤ ਹੱਦ ਤੱਕ ਹਸੂ ਹਿਣੀਆਂ ਕਿਉਂ ਬਣਾ ਦਿੰਦੇ ਐ ਕੋਈ ਕੋਈ ਫਿਲਮ ਤਾਂ ਸਿਰਜੀ ਹੀ ਮੁਕਦਮੇਬਾਜ਼ੀ ਵਖਾਣ ਲਈ ਹੁੰਦੀ ਐ ਫਿਰ ਵੀ ਉਹਦੇ ਤੱਥਾਂ ਦੀ ਦਰੁਸਤੀ ਵੱਲ ਉੱਕਾ ਧਿਆਨ ਨਹੀਂ ਦਿੱਤਾ ਜਾਂਦਾ ਕਾਨੂੰਨ ਹਰ ਕਿਸੇ ਨੂੰ ਆਉਂਦਾ ਐ ਸਾਡੀ ਕਾਨੂੰਨ ਪ੍ਰਣਾਲੀ ਆਪਣੀ ਜ਼ਿੱਦ ਨਹੀਂ ਛੱਡਦੀ ਜਨ ਸਧਾਰਨ ਨਾਲ ਤੱਕਾ ਸਾਡੀਆਂ ਫਿਲਮਾਂ ਦੇ ਲੋਕਪ੍ਰੀਅ ਮਾਧਿਅਮ ਦਾ ਆਪਣੇ ਮਿਹਰਬਾਨਾਂ ਨੂੰ ਨਿਰੰਤਰ ਕੁਰਾਹੇ ਪਾਈ ਜਾਣਾ ਦੂਜੀ ਜ਼ਿਆਦਤ ਧੰਨਵਾਦ